ਸਮਾਣਾ ਪਟਿਆਲਾ ਸੜਕ 'ਤੇ ਥਾਰ ਗੱਡੀ ਤੁਸੀਂ ਦੇਖ ਰਹੇ ਹੋ, ਇਸ ਥਾਰ ਗੱਡੀ ਦੇ ਨਾਲ ਦੋ ਮੋਟਰਸਾਈਕਲ ਥੱਲੇ ਆਏ ਹੈ। ਉਹ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਹੈ, ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹੋਸਪਿਟਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ। ਉੱਥੇ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਪਟਿਆਲਾ ਰੈਫਰ ਕੀਤਾ। ਸਿਟੀ ਪੁਲਿਸ ਸਮਾਣਾ ਇਸ ਸਾਰੇ ਹਾਦਸੇ ਦੀ ਜਾਂਚ ਕਰ ਰਹੀ ਹੈ। ਜਿਹੜੀ ਥਾਰ ਪਤਾ ਲੱਗਿਆ ਵੀ ਜਿਹੜੇ ਪ੍ਰਤੱਖ ਦਰਸ਼ੀ ਹੈ ਵੀ ਥਾਰ ਗੱਡੀ ਨੂੰ ਕੋਈ ਲੇਡੀ ਚਲਾ ਰਹੀ ਸੀ, ਇਹ ਹੁਣ ਸਾਰਾ ਜਾਂਚ ਦਾ ਵਿਸ਼ਾ ਹੈ। ਲੇਡੀਜ਼ ਸੀ, ਉਹਦੇ ਨਾਲ ਕੌਣ ਸੀ, ਇਹ ਪੁਲਿਸ ਨੇ ਜਾਂਚ ਕਰਨਾ ਹੈ। ਲੇਕਿਨ ਇਸ ਹਾਦਸੇ ਵਿੱਚ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਹੈ। ਮੈਂ ਆ ਰਿਹਾ ਸੀ ਪੰਪ ਤੋਂ ਅੱਗੇ ਅਤੇ ਉਹ ਥਾਰ ਵਾਲੇ ਆਊਟਸਾਈਡ ਹੀ ਗੱਡੀ ਮੋੜ ਲਈ ਲੇਡੀਜ਼ ਨੇ, ਪਤਾ ਨਹੀਂ ਉਹ ਡਰਿੰਕ ਕੀਤੀ ਸੀ ਮੇ ਬੀ ਕੁਛ ਵੀ, ਉਹ ਮੇਰੇ ਨਾਲ ਟੱਚ ਹੋ ਕੇ ਤਾਂ ਵਿੱਚ ਮੇਰਾ ਮੋਟਰਸਾਈਕਲ ਮਾਰਤਾ ਉਹਨੇ, ਉਸ ਤੋਂ ਬਾਅਦ ਮੇਰੇ ਉੱਤੇ ਮੋਟਰਸਾਈਕਲ ਚਾੜਤੀ ਗੱਡੀ ਉੱਪਰ, ਉਹਦੇ ਕਰਕੇ ਬਾਅਦ ਚ ਬਾਈ ਜੀ ਨਾਲ। ਮੈਂ ਜੀ ਪਟਿਆਲੇ ਤੋਂ ਸਮਾਣੇ ਨੂੰ ਆ ਰਿਹਾ ਸੀ ਜੀ, ਇਹ ਮਤਲਬ ਥਾਰ ਗੱਡੀ ਉਧਰੋਂ ਰੋਂਗ ਟਰਨ ਕਰਿਆ ਉਹਨਾਂ ਨੇ, ਇੱਧਰ ਮੁੜਨ ਲੱਗੇ ਬਾਈ ਜੀ ਅੱਗੇ ਸੀ ਮੇਰੇ ਤੋਂ, ਇਹਦੇ ਵਿੱਚ ਗੱਡੀ ਲੱਗੀ। ਸਾਡੇ ਕੋਲ ਦੋ ਪੇਸ਼ੈਂਟ ਆਏ ਆ ਜੀ, ਸਮਰਾਟ ਪੈਲਸ ਦੇ ਕੋਲ ਹੋਇਆ ਇਹਨਾਂ ਦਾ ਐਕਸੀਡੈਂਟ, ਮਨਪ੍ਰੀਤ ਸਿੰਘ ਹੈ ਜੀ, ਇੱਕ ਬਲਵਿੰਦਰ ਸਿੰਘ ਹੈ। ਹਾਂਜੀ, ਮਨਪ੍ਰੀਤ ਸਿੰਘ ਹੈਗੇ ਆ ਜੀ ਆਪਣੇ ਕੋਲ ਕਾਕੜਾ ਦੇ, ਦੂਜੇ ਪੇਸ਼ੈਂਟ ਆਪਣੇ ਕੋਲ ਧਨੇਠਾ ਦਾ। ਕੀ ਦੱਸਿਆ ਇਹਨਾਂ ਨੇ? ਇਹਨਾਂ ਦੇ ਥਾਰ ਗੱਡੀ ਨਾਲ ਕੋਈ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਇੱਕ ਪੇਸ਼ੈਂਟ ਦੇ ਤਾਂ ਜੀ ਲੈਗ ਫ੍ਰੈਕਚਰ ਹੈ, ਇੱਕ ਦੇ ਐਂਕਲ ਫ੍ਰੈਕਚਰ ਹੈ। ਪੀ ਆਈ ਹੋ ਗਈ ਹੈ ਜੀ ਸਿਟੀ ਸਮਾਣਾ ਨੂੰ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।